ਹਾਂਜੀ ਹੁਣ ਆਪਾਂ ਆ ਗਏ ਹਾਂ ਜੀ ਨੇਚਰ ਦੇ ਵਿੱਚ, ਹੁਣ ਤੁਹਾਨੂੰ ਦਿਖਾਉਂਦੇ ਹਾਂ ਅਤੇ ਬੈਸਟ ਕੰਪਲੀਮੈਂਟ ਰੋਡ ਦੇ ਵਿੱਚ ਆ ਪਾਰਕ ਹੈ ਇੱਕ ਬਹੁਤ ਵੱਡੀ ਹੈਗਾ ਵਾਈਟ ਕਲਿਫ ਪਾਰਕ ਅਤੇ ਇਹਦੀ ਕਾਫੀ ਸੋਹਣੇ ਇੱਥੇ ਵਿਊ ਵਿਊ ਆ, ਛੋਟੀ ਜਿਹੀ ਪਾਰਕ ਆ ਅਤੇ ਤੁਹਾਨੂੰ ਦਿਖਾਉਂਦੇ ਫਿਰ ਇਹ ਜਾ ਕੇ ਅੰਦਰ। ਅੱਜ ਵੀਕਡੇ ਆ ਅਤੇ ਵੀਕਡੇ 'ਚ ਬਾਹਲਾ ਬਿਜੀ ਨਹੀਂ ਹੁੰਦਾ, ਵੀਕਐਂਡ ਸਾਰੀ ਇੱਥੇ ਪਾਰਕਿੰਗ ਪੁਰਕਿੰਗ ਫੁੱਲ ਹੋ ਜਾਂਦੀ ਆ, ਬਾਹਰ ਵੀ ਪਾਰਕਿੰਗ ਆ ਸਾਰੀ ਭਰ ਜਾਂਦੀ ਹੁੰਦੀ, ਪਿਕਨਿਕ ਮਨਾਉਣ ਲੋਕ ਬਹੁਤ ਆਉਂਦੇ ਆ। ਅੱਜ ਥੋੜ੍ਹਾ ਤੈਨੂੰ ਵਧੀਆ ਆਉਣ ਲਈ ਆਹ ਛੋਟਾ ਜਿਹਾ ਘਰਾਂ ਦਾ ਕੈਫੇ ਆ, ਨਿਆਣੇ ਦੇ ਖੇਡਣ ਨੂੰ ਪੀਂਗਾ ਪੁੰਗਾ, ਇੱਧਰ ਪਿੱਛੇ ਹੀ ਪਿਕਨਿਕ ਏਰੀਆ ਹੁਣ ਲੋਕੀ ਪਿਕਨਿਕ ਮਨਾ ਕੇ ਹਟੇ ਜਾਣ ਦੀ ਤਿਆਰੀ ਕਰਦੇ ਆ। ਵੈਡਿੰਗ ਵਾਲੇ ਬੰਦੇ ਆ ਮੈਨੂੰ ਲੱਗਦਾ ਪ੍ਰੀ ਸ਼ੂਟ ਆਫਟਰ ਵੈਡਿੰਗ ਸ਼ੂਟ ਕਰਨਾ ਆ ਅਸੀਂ ਸਕੋਟ ਵੀ ਆ। ਸਾਰਾ ਵੀਕਐਂਡ 'ਤੇ ਸਾਰਾ ਭਰਿਆ ਹੁੰਦਾ, ਅੱਜ ਤਰ੍ਹਾਂ ਵੀਕਡੇ ਕਰਕੇ ਥੋੜ੍ਹੇ ਬੰਦੇ ਘੱਟ ਆ। ਕਵੀ ਦੇਖ ਵਿਊ ਦੇਖਦੇ ਪਿਆ ਬੈਠਾ, ਇੱਕ ਫੇਰੀ ਮਹਿੰਦੀ
ਅਭੀ ਪਿੱਛੇ ਵੀ ਆ ਸਾਰੇ ਆਈਲੈਂਡ ਆ, ਇਹਨਾਂ ਨੂੰ ਬਈ ਬੋਟ ਰਾਹੀਂ ਜਾ ਹੁੰਦਾ, ਬਾਏ ਰੋਡ ਐਕਸੈਸ ਹੈ ਨਹੀਂ ਇਹਦੇ ਨੂੰ। ਛੋਟੀਆਂ ਛੋਟੀਆਂ ਇੱਦਾਂ ਫੈਰੀਆਂ ਚੱਲਦੀਆਂ ਨਾਲੇ। ਹਿਡਨ ਬੀਚ ਹੈ ਇੱਥੇ, ਇਹ ਹੈ ਜੀ ਵਾਈਟ ਕਲਿਫ, ਜਿਹਦੇ ਕਰਕੇ ਨਾਂ ਇਹਦਾ ਪਿਆ। ਉਹ ਪਿੱਛੇ ਤੁਹਾਨੂੰ ਦੱਸੀ ਹੈ UBC ਏਰੀਆ ਆ, ਵੈਨਕੂਵਰ ਦਾ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਆਹ ਵੈਸਟ ਵੈਨਕੂਵਰ ਦਾ ਏਰੀਆ। ਵੈਸਟ ਵੈਨਕੂਵਰ ਦੇ ਘਰਾਂ ਦੇ ਪਿੱਛੇ ਜਾ ਕੇ ਇਹ ਹਿਡਨ ਜਿਹਾ ਪਲੇਸ ਆ, ਨਿੱਕਾ ਜਿਹਾ ਪਾਰਕ ਆ।
ਚੜ੍ਹਦੇ।